ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਸ ਵੇਲੇ ਅਸੀਂ ਮੌਜੂਦ ਹਾਂ ਸ਼੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਅਤੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਦਸਮ ਪਿਤਾ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਧਾੜੀ ਸਾਹਿਬ ਦੇ। ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਪਿੱਪਲ ਦਾ ਦਰੱਖਤ ਔਰ ਇਤਿਹਾਸ ਮੁਤਾਬਕ ਇਸ ਪਿੱਪਲ ਦੇ ਦਰੱਖਤ ਹੇਠ ਦਸਮ ਪਾਤਸ਼ਾਹ ਉਸ ਵੇਲੇ ਆਏ ਜਦੋਂ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੀਵਾੜਾ ਸਾਹਿਬ ਨੂੰ ਜਾ ਰਹੇ ਸਨ। ਇਹ ਅਸਥਾਨ ਗੁਰੂ ਸਾਹਿਬ ਦਾ ਚਮਕੌਰ ਸਾਹਿਬ ਦੇ ਵਿੱਚ ਆਖਰੀ ਅਸਥਾਨ ਹੈ। ਇਤਿਹਾਸ ਮੁਤਾਬਕ ਜਿਸ ਵੇਲੇ ਪੰਜ ਸਿੰਘਾਂ ਦੀ ਅਰਜ਼ ਪ੍ਰਵਾਨ ਕਰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੜੀ ਨੂੰ ਛੱਡਿਆ ਤਾਂ ਉਹ ਇਸ ਅਸਥਾਨ 'ਤੇ ਪੁੱਜੇ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਇੱਥੇ ਇੱਕ ਵੱਡਾ ਪਿੱਪਲ ਦਾ ਦਰੱਖਤ ਸੀ ਜਿਸ ਨੂੰ ਬਾਅਦ ਦੇ ਵਿੱਚ ਪੱਟ ਦਿੱਤਾ ਗਿਆ। ਗੁਰੂ ਸਾਹਿਬ ਨੇ ਉਸ ਵੇਲੇ ਮੁਗਲ ਫੌਜ ਦੇ ਕਮਾਂਡਰ ਖਵਾਜਾ ਮਰਦੂਦ ਨੂੰ ਲਗਾਤਾਰ ਵੰਗਾਰਿਆ ਔਰ ਇਸ ਸਥਾਨ 'ਤੇ ਦੱਸਦੇ ਨੇ ਕਿ ਤਿੰਨ ਵਾਰ ਫਿਰ ਤੋਂ ਤਾੜੀ ਮਾਰ ਕੇ ਗਰਜਵੀਂ ਆਵਾਜ਼ ਦੇ ਵਿੱਚ ਗੁਰੂ ਸਾਹਿਬ ਨੇ ਖਵਾਜਾ ਮਰਦੂਦ ਨੂੰ ਵੰਗਾਰਿਆ। ਜੋ ਕਹਿਣ ਉੱਚੀ ਧੁਨ 'ਤੇ ਬੋਲੇ ਦੇ ਹੱਥਨ ਤਾੜੀ ਭਗਵਾਨ, ਹਿੰਦਨ ਪੀਰ ਚੱਲਿਓ ਅਬ ਨਿਕਸਿਓ ਘੇਰੇ ਤੁਮ ਮੇਂ ਜੋ ਬਲਵਾਨ। ਤੀਨ ਵਾਰ ਸ਼੍ਰੀ ਮੁਖਤੇ ਕਹਿ ਕਰ ਦੂਰ ਦੂਰ ਲੋ ਬਖਸੂਏ। ਇਸ ਤਰ੍ਹਾਂ ਗੁਰੂ ਸਾਹਿਬ ਨੇ ਆਪਣਾ ਜਾਣਾ ਪ੍ਰਗਟ ਕੀਤਾ। ਇਸ ਅਸਥਾਨ ਤੋਂ ਦਸਮ ਪਿਤਾ ਮਾਛੀਵਾੜਾ ਸਾਹਿਬ ਜਾ ਰਾਜੇ, ਉੱਥੇ ਹੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਨੂੰ ਮਿਲਦੇ ਨੇ। ਤਾਂ ਸੰਗਤ ਜੀ, ਤੁਸੀਂ ਦਰਸ਼ਨ ਕਰ ਰਹੇ ਹੋ ਇਸ ਵੇਲੇ ਉਸ ਪਵਿੱਤਰ ਅਸਥਾਨ ਦੇ ਜਿੱਥੇ ਇਸ ਵੇਲੇ ਬੇਹੱਦ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਚੱਲ ਰਹੀ ਹੈ, ਕੰਮ ਚੱਲ ਰਿਹਾ ਔਰ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਨੇ। ਇਸ ਤੋਂ ਪਹਿਲਾਂ ਇਸ ਅਸਥਾਨ 'ਤੇ ਇੱਕ ਪੁਰਾਤਨ ਗੁਰਦੁਆਰਾ ਸਾਹਿਬ ਪਹਿਲਾਂ ਤੋਂ ਮੌਜੂਦ ਸੀ, ਤੁਹਾਨੂੰ ਉਹ ਵੀ ਦਰਸ਼ਨ ਕਰਵਾਉਣੇ ਆ। ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਔਰ ਇਹ ਪੁਰਾਤਨ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਜਿੱਥੇ ਸੰਗਤ ਲਗਾਤਾਰ ਨਤਮਸਤਕ ਹੋ ਰਹੀ ਹੈ। ਤੁਹਾਨੂੰ ਇਸ ਇਮਾਰਤ ਦੀ ਦਿੱਖ ਤੋਂ ਭਲੀ ਭਾਂਤ ਅੰਦਾਜ਼ਾ ਲੱਗ ਜਾਏਗਾ ਕਿ ਇਹ ਕਾਫੀ ਪੁਰਾਤਨ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ। ਤਾਂ ਸੰਗਤ ਇੱਥੇ ਵੀ ਨਤਮਸਤਕ ਹੋ ਰਹੀ ਹੈ ਔਰ ਨਵੀਂ ਇਮਾਰਤ ਜਿਹੜੀ ਗੁਰਦੁਆਰਾ ਸਾਹਿਬ ਦੀ ਸੁਸ਼ੋਭਿਤ ਕੀਤੀ ਗਈ ਹੈ, ਉਸਾਰੀ ਦਾ ਕੰਮ ਚੱਲ ਰਿਹਾ, ਉੱਥੇ ਵੀ ਸੰਗਤ ਨਤਮਸਤਕ ਹੁੰਦੀ ਹੈ। ਤਾਂ ਸੰਗਤ ਜੀ, ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਚਮਕੌਰ ਸਾਹਿਬ ਦੀ ਧਰਤੀ ਤੋਂ ਜਦੋਂ ਜਾਂਦੇ ਨੇ ਮਾਛੀਵਾੜਾ ਸਾਹਿਬ ਨੂੰ, ਤਾਂ ਇਹ ਉਹ ਆਖਰੀ ਸਥਾਨ ਹੈ ਜਿੱਥੇ ਗੁਰੂ ਸਾਹਿਬ ਠਹਿਰਦੇ ਨੇ। ਪਿੱਛੇ ਪਿੱਪਲ ਦਾ ਦਰੱਖਤ ਤੁਸੀਂ ਦਰਸ਼ਨ ਕੀਤੇ, ਉਸਦੇ ਹੇਠਾਂ ਦਸਮ ਪਿਤਾ ਰੁਕਦੇ ਨੇ ਔਰ ਇੱਥੇ ਹੀ ਤਾੜੀ ਮਾਰ ਕੇ ਉਸ ਵੇਲੇ ਦੀ ਲੱਖਾਂ ਦੀ ਮੁਗਲ ਫੌਜ ਨੂੰ ਵੰਗਾਰਦੇ ਨੇ ਔਰ ਉਸੇ ਇਤਿਹਾਸਿਕ ਤੱਥ ਨੂੰ ਲੈ ਕੇ ਇੱਥੇ ਗੁਰਦੁਆਰਾ ਤਾੜੀ ਸਾਹਿਬ ਸੁਸ਼ੋਭਿਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।